ਨਮਸਕਾਰ ਖਬਰਾਂ ਦੀ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੌਣਵੀਆਂ ਖਬਰਾਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸੰਬੰਧੀ ਦੋ ਦਿਨਾਂ ਸਮਾਗਮ ਲਾਲ ਕਿਲਾ ਕੰਪਲੈਕਸ ਵਿੱਚ ਹੁਣ ਤੋਂ ਥੋੜੀ ਦੇਰ ਬਾਅਦ ਹੋਣਗੇ ਸ਼ੁਰੂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਉਦਘਾਟਨ ਹੰਦੀ ਦੇ ਮੰਨੇ ਪਰਮੰਨੇ ਕਵੀ ਕੁਮਾਰ ਵਿਸ਼ਵਾਸ ਨੂੰ ਪੰਜਾਬ ਪੁਲਿਸ ਨੇ ਨੋਟਿਸ ਜਾਰੀ ਕਰ 26 April ਨੂੰ ਰੋਪੜ ਥਾਣੇ ਕੀਤਾ ਤਲਬ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੁਮਾਰ ਵਿਸ਼ਵਾਸ ਨੂੰ ਦਿੱਤੇ ਨੋਟਿਸ ਨੂੰ ਬਦਲਾਖੋਰੀ ਦਾ ਕਦਮ ਦੱਸਿਆ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਅੱਜ ਤੀਜੇ ਦਿਨ ਪੰਜਾਬ ਵਿੱਚ ਵੱਖ-ਵੱਖ ਥਾਂ ਹੀ ਕੀਤਾ ਗਿਆ ਸਿਹਤ ਮੇਲਿਆਂ ਦਾ ਆਯੋਜਨ ਲੁਧਿਆਣਾ ਵਿੱਚ ਹੋਏ ਇੱਕ ਭਿਆਨਕ ਅਗਨੀ ਕਾਂਡ ਵਿੱਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਤੇ ਹੁਣ ਖਬਰਾਂ ਵਿਸਥਾਰ ਨਾਲ ਹਿੰਦ ਦੀ ਚਾਦਰ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਤੇ ਦੋ ਦਿਨਾਂ ਸਮਾਗਮ ਲਾਲ ਕਿਲਾ ਕੰਪਲੈਕਸ ਵਿੱਚ ਹੁਣ ਤੋਂ ਥੋੜੀ ਦੇਰ ਬਾਅਦ ਸ਼ੁਰੂ ਹੋ ਰਿਹਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਮਾਗਮ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਸਮਾਗਮ ਵਿੱਚ ਸ਼ਾਮਲ ਹੋ ਕੇ ਦੇਸ਼ ਨੂੰ ਸੰਬੋਧਿਤ ਕਰਨਗੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੀ ਲੜੀ ਵਜੋਂ ਇਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਗੀ ਅਤੇ ਬੱਚੇ ਸ਼ਬਦ ਕੀਰਤਨ ਵਿੱਚ ਹਿੱਸਾ ਲੈਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਆਧਾਰਿਤ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਿੱਖਾਂ ਦੇ ਰਵਾਇਤੀ ਮਾਰਸ਼ਲ ਆਰਟ ਗੱਤਕਾ ਦਾ ਪ੍ਰਦਰਸ਼ਨ ਵੀ ਹੋਵੇਗਾ ਇਸ ਇਸ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਣ ਤੇ ਕੇਂਦ੍ਰਿਤ ਹੈ ਅਤੇ ਜਿਨ੍ਹਾਂ ਨੇ ਧਰਮ ਤੇ ਮਨੁੱਖੀ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਦੀ ਰੱਖਿਆ ਲਈ ਆਪਣਾ ਜੀਵਨ ਬਲੀਦਾਨ ਕਰ ਦਿੱਤਾ ਸੀ ਇਸ ਸਮਾਗਮ ਦਾ ਡੀਡੀ ਨੈਸ਼ਨਲ ਡੀਡੀ ਭਾਰਤੀ ਅਤੇ ਡੀਡੀ ਪੰਜਾਬੀ ਤੇ ਸਿੱਧਾ ਪ੍ਰਸਾਰਣ 6:45 ਮਿੰਟ ਤੋਂ ਸਮਾਗਮ ਦੀ ਸਮਾਪਤੀ ਤੱਕ ਕੀਤਾ ਜਾਵੇਗਾ ਇਸੇ ਤਰ੍ਹਾਂ ਕੱਲ 21 ਅਪ੍ਰੈਲ ਨੂੰ ਵੀ ਸ਼ਾਮ 6:45 ਮਿੰਟ ਤੋਂ ਸਮਾਗਮ ਦਾ ਸਿੱਧਾ ਪ੍ਰਸਾਰਣ ਇਹਨਾਂ ਚੈਨਲਾਂ ਤੇ ਰਾਤ 10:00 ਵਜੇ ਤੱਕ ਹੋਵੇਗਾ BJP ਦੇ ਸੀਨੀਅਰ ਆਗੂ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਦੇਸ਼ ਦਾ ਗੌਰਵ ਉਦੋਂ ਹੀ ਜਿਉਂਦਾ ਏ ਜਦੋਂ ਉਹ ਆਪਣੇ ਬલિદાન ਮਾਣ ਦੀ ਜਾਣਕਾਰੀ ਅਗਲੀ ਪੀੜ੍ਹੀ ਨੂੰ ਦੱਸਦਾ ਏ ਨਵੀਂ ਦਿੱਲੀ ਵਿੱਚ ਅੱਜ ਪਾਰਟੀ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਇਹ ਗੱਲ ਆਖੀ ਅਨਰਾਗ ਸਿੰਘ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ ਮੁਹਿੰਮ ਦੀ ਸ਼ੁਰੂਆਤ 12 April 2021 ਨੂੰ ਸਾਬਰਮਤੀ ਤੋਂ ਕੀਤੀ ਸੀ ਅਤੇ ਇਹ ਮੁਹਿੰਮ 15 August 2023 ਤੱਕ ਚੱਲੇਗੀ ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 25000 ਤੋਂ ਵੱਧ ਪ੍ਰੋਗਰਾਮ ਕੀਤੇ ਜਾ ਚੁੱਕੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਯਾਨੀ ਨਏ ਵਿਚਾਰੋਂ ਕਾ ਅੰਮ੍ਰਿਤ ਨਏ ਸੰਕਲਪੋਂ ਕਾ ਅੰਮ੍ਰਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ यानी आत्मनिर्भरता का अमृत और इसी आजादी के अमृत महोत्सव के 18 अप्रैल तक जो कुल कार्यक्रम हुए हैं उसकी संख्या पच्चीस हजार है इसमें मंत्रालय और विभागों के द्वारा 8,616 कार्यक्रम अब तक किए जा चुके हैं राज्य और केंद्र शासित प्रदेशों के द्वारा 9,516 कार्यक्रम किए हैं दूसरे देशों में विदेश मंत्र, मंत्रालय एवं अन्य संगठनों के द्वारा दो कार्यक्रम किए गए हैं आजादी के अमृत महोत्सव में प्रतिदिन लगभग 50 कार्यक्रम होते हैं घंटे में दो कार्यक्रम होते हैं प्रति 30 मिनट में एक कार्यक्रम आयोजित किया जा रहा है ਹਿੰਦੀ ਦੇ ਮਾਨੇ ਪ੍ਰਬੰਧਕ ਕਵੀ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਵਿਖੇ ਅੱਜ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਉਨ੍ਹਾਂ ਖਿਲਾਫ ਦਰਜ ਇੱਕ ਮਾਮਲੇ ਵਿੱਚ ਕਮਾਰ ਵਿਸ਼ਵਾਸ ਨੂੰ ਇੱਕ ਨੋਟਿਸ ਤਾਮੀਲ ਕਰਵਾਇਆ ਉਹਨਾਂ ਨੂੰ 26 ਅਪ੍ਰੈਲ ਨੂੰ ਰੋਪੜ ਥਾਣੇ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਏ ਕੁਮਾਰ ਵਿਸ਼ਵਾਸ ਨੇ ਖੁਦ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਉਹਨਾਂ ਲਿਖਿਆ ਕਿ ਸਵੇਰੇ ਸਵੇਰੇ ਪੰਜਾਬ ਪੁਲਿਸ ਮੇਰੇ ਘਰ ਪਹੜਾਈਏ ਇੱਕ ਸਮੇਂ ਮੇਰੇ ਵੱਲੋਂ ਹੀ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਮੈਂ ਅਗਾਹ ਕਰ ਰਿਹਾ ਹਾਂ ਕਿ ਤੁਸੀਂ ਦਿੱਲੀ ਵਿੱਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਨਾਲ ਖੇਡਣ ਦੇ ਰਹੇ ਹੋ ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ ਮੇਰੀ ਚੇਤਾ ਚੇਤਾਵਨੀ ਯਾਦ ਰੱਖਣਾ ਕੁਮਾਰ ਵਿਸ਼ਵਾਸ ਖਿਲਾਫ ਇੱਕ ਮਾਮਲਾ ਰੋਪੜ ਦੇ ਥਾਣਾ ਸਦਰ ਵਿੱਚ ਵਕਫਾ ਕਰਤਾਵਾਂ ਤਹਿਤ ਉਹਨਾਂ ਵੱਲੋਂ ਪੰਜਾਬ ਚੋਣਾਂ ਤੋਂ ਕੁਝ ਦਿਨ ਪਹਿਲਾਂ ਦਿੱਤੇ ਗਏ ਇੱਕ ਬਿਆਨ ਦੇ ਆਧਾਰ ਤੇ ਦਰਜ ਕੀਤਾ ਗਿਆ ਏ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੋਗ ਨੇ ਇੱਕ ਟਵੀਟ ਵਿੱਚ ਕਿਹਾ ਕਿ ਉੱਗੇ ਕਵੀ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਅੰਨਾ ਅੰਦੋਲਨ ਦੇ ਵੱਡੇ ਚਿਹਰਿਆਂ ਵਿੱਚੋਂ ਇੱਕ ਡਾਕਟਰ ਕੁਮਾਰ ਵਿਸ਼ਵਾਸ ਦੇ ਕਰ ਪੰਜਾਬ ਪੁਲਿਸ ਨੇ ਦਸਤਕ ਦਿੱਤੀ ਇਹ ਦਿਖਾਉਂਦਾ ਏ ਕਿ ਆਮ ਆਦਮੀ ਪਾਰਟੀ ਅਤੇ ਕੇਜਰੀ ਵਾਲ ਪੰਜਾਬ ਦੇ ਜਨਾਂ ਦੇਸ਼ ਦੀ ਵਰਤੋਂ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਕਰ ਰਹੇ ਨੇ ਇੱਧਰ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇੱਕ ਟਵੀਟ ਕਰਕੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਨਿੰਦਾ ਕੀਤੀ ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਪੁਲਿਸ ਦੀ ਵਰਤੋਂ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਿਆਸੀ ਵਿਰੋਧੀਆਂ ਤੋਂ ਲੈ ਕੇ ਮੀਡੀਆ ਕਾਮਿਆਂ ਤੱਕ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਉਹਨਾਂ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਐਮਰਜੈਂਸੀ ਵਰਗੇ ਹਾਲਾਤ ਪੈਦਾ ਨਾ ਕਰਨ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੀ ਲੜੀ ਵਿੱਚ ਪੰਜਾਬ ਵਿੱਚ ਵੱਖ-ਵੱਖ ਥਾਈਂ ਅੱਜ ਤੀਜੇ ਦਿਨ ਵੀ ਬਲਾਕ ਪੱਧਰ ਤੇ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਗਿਆ। ਜਲੰਧਰ ਜ਼ਿਲ੍ਹੇ ਦੇ ਆਦਮਪੁਰ ਸਥਿਤ ਸੀਐਚਸੀ ਵਿੱਚ ਬਲਾਕ ਪੱਦਰ ਦਾ ਸਿਹਤ ਮੇਲਾ ਲਗਾਇਆ ਗਿਆ ਇਸ ਮੇਲੇ ਵਿੱਚ ਸਿਹਤ ਮਹਿਕਮੇ ਵੱਲੋਂ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਨੇ ਆਪਣੇ ਕੈਂਪ ਲਗਾਏ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਜਾਂਚ ਕਰਵਾਈ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੀਮਾ ਗੋਗੀਆਂ ਨੇ ਦੱਸਿਆ ਕਿ ਮੇਲੇ ਵਿੱਚ ਇੱਕ ਹੀ ਛਤ ਹੇਠਾਂ ਮਾਹਰ ਡਾਕਟਰਾਂ ਵੱਲੋਂ ਵੀ ਤੋਂ ਵੱਧ ਸਹੂਲਤਾਂ ਦਿੱਤੀਆਂ ਗਈਆਂ ਮੇਲੇ ਵਿੱਚ ਮਰੀਜ਼ਾਂ ਦੇ ਜ਼ਰੂਰੀ ਟੈਸਟ ਵੀ ਕੀਤੇ ਗਏ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਮੇਲੇ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਕਾਰਡ ਵੀ ਬਣਾਏ ਗਏ ਅਤੇ ਕਈਆਂ ਨੇ ਆਪਣੀਆਂ ਅੱਖਾਂ ਦਾਨ ਕਰਨ ਸੰਬੰਧੀ ਫਾਰਮ ਭਰੇ ਬੁਲਾਰਿਆਂ ਨੇ ਲੋਕਾਂ ਨੂੰ ਸਿਹਤ ਸਕੀਮਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਇਸ ਬਾਰੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਦੌਰਾਨ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਫਤੇਗੜ ਸਾਹਿਬ ਜ਼ਿਲ੍ਹੇ ਦੇ ਚਨਾਰਥਲ ਕਲਾਂ ਵਿਖੇ ਅੱਜ ਇੱਕ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ ਵਿਧਾਨਕਾਰ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਇਸ ਮੇਲੇ ਦਾ ਉਦਘਾਟਨ ਕੀਤਾ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿਲ ਅਤੇ ਸਿਹਤ ਮਹਿਕਮੇ ਦੇ ਹੋਰ ਅਧਿਕਾਰੀ ਹਾਜ਼ਰ ਸਨ ਮੇਲੇ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਰੋਗੀਆਂ ਦੀ ਮੁਫਤ ਜਾਂਚ ਕੀਤੀ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਸਿਹਤ ਮਹਿਕਮੇ ਦੀਆਂ ਵੱਖ-ਵੱਖ ਭਲਾਈ ਸਕੀਮਾਂ ਤਹਿਤ ਲੋਕਾਂ ਦੇ ਕਾਰਡ ਵੀ ਬਣਾਏ ਗਏ ਅਤੇ ਨੁੱਕੜ ਨਾਟਕਾਰਾਂ ਹੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਐਸਐਮਓ ਡਾਕਟਰ ਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਮੇਲੇ ਵਿੱਚ ਕੁੱਲ 2260 ਵਿਅਕਤੀਆਂ ਨੇ ਆਪਣੀ ਜਾਂਚ ਕਰਵਾਈ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਹੋਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸਿਨਾਨੀ ਅਤੇ ਪ੍ਰਸਿੱਧ ਬਾਂਸਰੀ ਵਾਦਕ ਪੰਨਾ ਲਾਲ ਕੋਸ਼ ਸੁਤੰਤਰਤਾ ਸਿਨਾਨੀ ਪ੍ਰithvi ਸਿੰਘ ਮਹਾਨ ਦੇਸ਼ ਭਗਤ ਮੰਗਰਾ ਪਗਤ ਅਤੇ ਮਹਾਨ ਰਾਸ਼ਟਰੀ ਪਗਤ ਅਹਿਮਦ ਯਾਰ ਖਾਨ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਇਸੇ ਸੁਤੰਤਰਤਾ ਸਨਾਨੀ ਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਬਾਂਸੂਰੀ ਵਾਦਕ ਪੰਨਾ ਲਾਲ ਘੋਸ਼ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਦੇਹਾਂਤ 1960 ਵਿੱਚ ਅੱਜ ਦੇ ਹੀ ਦਿਨ ਹੋਇਆ ਸੀ ਬਾਰੀ ਸਾਲ ਵਿੱਚ ਆਪਣੀ ਜਵਾਨੀ ਵਿੱਚ ਪੰਨਾ ਲਾਲ ਆਜ਼ਾਦੀ ਸੰਗਰਾਮ ਨਾਲ ਜੁੜੇ ਰਹੇ ਆਪਣੇ ਸੰਗੀਤ ਸਫ਼ਰ ਦੇ ਸ਼ੁਰੂਆਤੀ ਪੜਾਅ ਵਿੱਚ ਉਹ ਗੁਰੂਦੇਵ ਰਵਿੰਦਰਨਾਥ ਟੈਗੋਰ ਅਤੇ ਕਾਜ਼ੀ ਨਜ਼ਰੁਲ ਇਸਲਾਮ ਵਰਗੀਆਂ ਸ਼ਖਸੀਅਤਾਂ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਉਹਨਾਂ ਵਿੱਚ ਰਾਸ਼ਟਰੀ ਦੀ प्रबल ਭਾਵਨਾ ਜਗਾਈ ਮਹਾਨ ਸੰਗੀਤਕਾਰ ਉਸਤਾਦ ਅਲਾਉਦੀਨ ਖਾਨ ਦੇ ਚੇਲੇ ਪੰਨਾ ਲਾਲ ਨੂੰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਬਾਂਸਰੀ ਨੂੰ ਮੰਚ ਪੇਸ਼ਕਾਰੀ ਵਿੱਚ ਹਰਮਨ ਪਿਆਰਾ ਬਣਾਉਣ ਲਈ ਸਿਰਾ ਉਹਨਾਂ ਦੇ ਸਿਰ ਬੱਜਦਾ ਹੈ ਉਹ ਭਾਰਤੀ ਸ਼ਾਸਤਰੀ ਬਾਂਸੂਰੀ ਵਾਦਨ ਦੇ ਪ੍ਰੇਰਕ ਮੰਨੇ ਜਾਣਗੇ। ਪੰਨਾ ਲਾਲ ਦਾ ਜਨਮ 24 ਜੁਲਾਈ 1911 ਨੂੰ ਬਾਰੀ ਸਾਲ ਵਿੱਚ ਹੋਇਆ ਸੀ। ਪੰਨਾ ਲਾਲ ਸ਼ੁਰੂ ਤੋਂ ਹੀ ਬਹੁਤ ਪ੍ਰਤਿਭਾਸ਼ਾਲੀ ਅਤੇ ਲਗਨਸ਼ੀਲ ਸਨ ਅਤੇ ਵਕਫਾ-ਵਕ শ্রোਤਾ ਤੋਂ ਸੰਗੀਤ ਨੂੰ ਆਤਮ ਸਾਥ ਕਰਦੇ ਸੀ। 1928 ਵਿੱਚ ਪੰਨਾ ਲਾਲ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਗਏ ਨਾਲ ਹੀ ਉਹਨਾਂ ਨੇ ਜਿਮਰਾਈਜ਼ੀਅਮ ਜੁਆਇਨ ਕਰ ਲਿਆ ਅਤੇ ਮਾਰਸ਼ਲ ਆਰਟ ਬਾਕਸਿੰਗ ਅਥੈਸਟਿਕ ਫਾਈਟਿੰਗ ਸਿੱਖੀ ਜਿਵੇਂ ਜਿਵੇਂ ਉਹ ਸੁਤੰਤਰਤਾ ਸੰਗਰਾਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਜੁੜਦੇ ਗਏ ਸਰਕਾਰ ਨੇ ਉਹਨਾਂ ਤੇ ਨਿਗਰਾਨੀ ਵਧਾ ਦਿੱਤੀ ਉਹਨਾਂ ਨੂੰ ਭੱਜ ਕੇ ਕੋਲਕਾਤਾ ਜਾਣਾ ਪਿਆ ਉਹਨਾਂ ਦੇ ਬਚਪਨ ਦੇ ਮਿੱਤਰ ਅਤੇ ਰਿਸ਼ਤੇਦਾਰ ਅਨਲ ਵਿਸ਼ਵਾਸਵੀ ਆਪਣੇ ਰਾਜਨੀਤਿਕ ਝੁਕਾ ਦੇ ਚੱਲਦੇ ਆ ਕੋਲਕਾਤਾ ਆ ਗਏ ਕੋਲਕਾਤਾ ਵਿੱਚ ਪੰਨਾ ਲਾਲ ਨੂੰ ਆਪਣਾ ਸੰਗੀਤ ਹੁਨਰ ਹੋਰ ਨਿਖਾਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਕਈ ਸੰਗੀਤ ਪੇਸ਼ਕਾਰੀਆਂ ਵਿੱਚ ਵੀ ਸਹਿਯੋਗ ਦਿੱਤਾ 1940 ਵਿੱਚ ਆਪਣੇ ਸੰਗੀਤ ਕੈਰੀਅਰ ਨੂੰ ਹੋਰ ਵਿਸਥਾਰ ਦੇਣ ਲਈ ਉਹ ਮੁੰਬਈ ਆ ਗਏ ਉਹਨਾਂ ਨੇ ਬੰਬੇ ਟਾਕੀਜ਼ ਫਿਲਮ ਸਟੂਡੀਓ ਵਿੱਚ ਕੰਮ ਸ਼ੁਰੂ ਕੀਤਾ ਅਤੇ ਕੁਝ ਹਰਮਨ ਪਿਆਰੀਆਂ ਫਿਲਮਾਂ ਵਿੱਚ ਸੰਗੀਤ ਦਿੱਤਾ ਆਕਾਸ਼ਵਾਣੀ ਦੇ ਨਿਯਮਿਤ ਰੂਪ ਵਿੱਚ ਪ੍ਰਸਾਰਣ ਅਤੇ ਸਮੁੱਚੇ ਭਾਰਤ ਵਿੱਚ ਸੰਗੀਤ ਉਤਸਵਾਂ ਵਿੱਚ ਪੇਸ਼ਕਾਰੀਆਂ ਤੋਂ ਵੀ ਉਹਨਾਂ ਨੂੰ ਬੇਹਦ ਪ੍ਰਸਿੱਧੀ ਮਿਲੀ ਇਕ ਸੱਚੇ ਦੇਸ਼ ਭਗਤ ਦੇ ਰੂਪ ਵਿੱਚ ਪੰਨਾ ਲਾਲ ਘੋਸ਼ ਨੇ 1951 ਦੀ ਰਾਸ਼ਟਰਵਾਦੀ ਫਿਲਮ ਅੰਦੋਲਨ ਲਈ ਪ੍ਰੇਰਿਤ ਵਾਲੀਆਂ ਰਚਨਾਵਾਂ ਅਤੇ ਬਾਂਸੂਰੀ ਦੀ ਤਾਨ ਵਿੱਚ ਪਰੋਇਆ ਪਿੱਠਭੂਮੀ ਸੰਗੀਤ ਦਿੱਤਾ। ਇਸ ਫਿਲਮ ਵਿੱਚ ਸੁਤੰਤਰਤਾ ਸੰਗਰਾਮ ਦੀ ਅਸਲੀ ਫੁਟੇਜ ਲਈ ਗਈ ਸੀ। ਫਿਲਮ ਦੀ ਕਥਾ ਵਿੱਚ ਮਹਾਤਮਾ ਗਾਂਧੀ, ਜੋਹਰ ਲਾਲ ਨਹਿਰੂ ਅਤੇ ਹੋਰ ਨੇਤਾਵਾਂ ਦੇ ਭਾਸ਼ਣ ਅਤੇ ਗੱਲਬਾਤ ਵੀ ਸ਼ਾਮਲ ਸੀ। ਪੰਡਿਤ ਪੰਨਾ ਲਾਲ ਘੋਸ਼ ਦੀ ਸੰਗੀਤ ਵਿਰਾਸਤ ਅੱਜ ਵੀ ਉਨ੍ਹਾਂ ਦੇ ਅਨੇਕ ਚੇਲਿਆਂ ਵਿੱਚ ਦੇਖੀ ਜਾ ਸਕਦੀ ਹੈ। ਇਸ ਮਹਾਨ ਰਾਸ਼ਟਰੀਵਾਦੀ ਅਤੇ ਸੰਗੀਤ ਮੂਰਤੀ ਪੰਨਾ ਲਾਲ ਘੋਸ਼ਨ ਨੂੰ ਸਾਡਾ ਨਮਨ ਅੱਜ ਅਸੀਂ ਇੰਡੀਅਨ ਨੈਸ਼ਨਲ ਆਰਮੀ ਦੇ ਪ੍ਰਿਥੀ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਜਨਮ 20 April 1914 ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੋਇਆ ਸੀ ਬ੍ਰਿਟਿਸ਼ ਫੌਜ ਦੇ ਸਿਪਾਹੀ ਵਜੋਂ ਤਨਨਾਤ ਪ੍ਰਤੀ ਸਿੰਘ ਨੂੰ 1942 ਵਿੱਚ ਸਿੰਗਾਪੁਰ ਵਿੱਚ ਜਾਪਾਨੀ ਸੈਨਾ ਨੇ ਗ੍ਰਿਫਤਾਰ ਕਰ ਲਿਆ। 1 ਮਾਰਚ 1942 ਨੂੰ ਉਹ ਸਵੈਚਾ ਨਾਲ ਇੰਡੀਅਨ ਨੈਸ਼ਨਲ ਆਰਮੀ ਵਿੱਚ ਸ਼ਾਮਲ ਹੋ ਗਏ ਅਤੇ ਬਰਮਾ ਵਿੱਚ ਮਿੱਤਰ ਦੇਸ਼ਾਂ ਦੀ ਫੌਜ ਦੇ ਖਿਲਾਫ ਲੜੇ। 1944 ਵਿੱਚ ਬਰਮਾ ਦੀ ਯੁੱਧ ਭੂਮੀ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ। ਦੇਸ਼ ਦੇ ਇਸ ਮਹਾਨ ਸੁਪੂਤ ਪ੍ਰਤੀ ਸਿੰਘ ਨੂੰ ਸਾਡਾ ਨਮਨ। ਅੱਜ ਅਸੀਂ ਸ਼ਹੀਦ ਮੰਗਰਾ ਭਗਤ ਨੂੰ ਵੀ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਜਿਨ੍ਹਾਂ ਨੇ ਰਾਂਚੀ ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ। ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰਕੇ 15 ਸਤੰਬਰ 1942 ਨੂੰ ਪਟਨਾ ਕੈਂਪ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿੱਚ ਹੀ 20 ਅਪ੍ਰੈਲ 1943 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਮਹਾਨ ਦੇਸ਼ ਭਗਤ ਮੰਗਰਾ ਭਗਤ ਨੂੰ ਸਤਿ ਸ਼ਤ ਨਮਨ। ਅੱਜ ਅਸੀਂ ਸ਼ਹੀਦ ਅਹਿਮਦ ਯਾਰ ਖਾਨ ਨੂੰ ਵੀ ਯਾਦ ਕਰ ਰਹੇ ਹਾਂ। ਉਹਨਾਂ ਨੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ। ਖਾਨ ਉੱਤਰ ਪ੍ਰਦੇਸ਼ ਦੇ ਜਲਾਲਾਬਾਦ ਵਿੱਚ ਤਹਿਸੀਲਦਾਰ ਸਨ। ਸੁਤੰਤਰਤਾ ਸੰਾਨੀਆਂ ਦੀ ਸਰਕਾਰ ਵਿੱਚ ਜਲਾਲਾਬਾਦ ਦੇ ਨਾਜ਼ਮ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅੰਦੋਲਨਕਾਰੀਆਂ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਫੌਜ ਨੇ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ 20 ਅਪ੍ਰੈਲ 1858 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਇਸ ਮਹਾਨ ਰਾਸ਼ਟਰਪੱਖ ਸ਼ਹੀਦ ਅਹਿਮਦ ਯਾਰਖਾਨ ਨੂੰ ਨਿੱਗੀ ਸ਼ਰਧਾਂਜਲੀ ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਕੂੜੇ ਦੇ ਡੰਪ ਦੇ ਨੇੜੇ ਬਣੀਆਂ ਝੁੱਗੀਆਂ ਵਿੱਚ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ 7 ਜੀ ਜ਼ਿੰਦਾ ਸੜ ਗਏ ਮਰਨ ਵਾਲਿਆਂ ਵਿੱਚ 5 ਬੱਚੇ ਵੀ ਸ਼ਾਮਲ ਨੇ ਪਰਿਵਾਰ ਦਾ ਵੱਡਾ ਲੜਕਾ ਰਾਜੇਸ਼ ਕਿਸੇ ਦੋਸਤ ਦੇ ਘਰ ਗਿਆ ਹੋਇਆ ਸੀ ਜਿਸ ਕਾਰਨ ਉਸ ਦੀ ਜਾਨ ਬਚ ਗਈ ਇਹ ਹਾਦਸਾ ਬੀਤੀ ਅੱਧੀ ਰਾਤ ਵਾਪਰਿਆ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਹੀ ਨਹੀਂ ਮਿਲਿਆ ਪਰਿਵਾਰ ਦੇ ਮੈਂਬਰ ਅੱਗ ਦੌਰਾਨ ਬੁਰੀ ਤਰ੍ਹਾਂ ਝੁਲਸ ਗਏ ਤੇ ਉਹਨਾਂ ਦੀ ਮੌਤ ਹੋ ਗਈ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਮੌਕੇ ਤੇ ਪਹੁੰਚੀ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰਭਾਵਿਤ ਪਰਿਵਾਰ ਬਿਹਾਰ ਦਾ ਦੱਸਿਆ ਜਾਂਦਾ ਹੈ ਉਹ ਕਲਰ ਕਾ ਬਾਹਰ ਚਿਲਾ ਰਹਾ tha ਮੇਰਾ ਮੰਮੀ ਅਰ ਜਲ ਗਿਆ ਜਲ ਗਿਆ ਅੰਦਰ ਮੈਂ ਬਤਾਉ ਤੋ ਪਾਣੀ ਕੇ ਸਾਧਨ ਨਹੀਂ tha ਯਹਾਂ ਪਰ ਫਿਰ ਵਹਾਂ ਸੇ ਪਾਣੀ ਲੱਲਾ ਕੇ ਉਹ ਬਾਲਟੀ ਮੇ ਭਰ ਕੇ ਥੋੜਾ ਥੋੜਾ ਜੋਗਾ ਤਬ ਤੱਕ ਜਲ ਲੀ ਗਿਆ ਚਾਰੋ ਬੋਲ ਲਗਾ tha ਤੋ ਬਚਨੇ ਕਾ ਤੋ ਕੋਰਸਿਸ tha ਨਹੀਂ ਕਿਧਰੋ ਪਾਣੀ ਰਹਾ ਤਾ ਤਵੀ ਤੋ ਬਚਾ ਹੋਤਾ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ ਤੁਸੀਂ ਵੀ ਜਦੋਂ ਬਾਹਰ ਜਾਓ ਤਾਂ ਮਾਸਕ ਜ਼ਰੂਰ ਲਗਾਓ ਇਜਾਜ਼ਤ ਦਿਓ ਨਮਸਕਾਰ